ਪਿਛਲੇ ਦਿਨ ਕਰੋੜਾਂ ਦਾ ਸੀਵਰੇਜ ਦਾ ਵੀ ਕੰਮ ਹੋਇਆ, ਮੈਨੂੰ ਲੱਗਦਾ ਥੋੜਾ ਸਮਾਂ ਹੋਇਆ, ਪਰ ਉਸ ਤੋਂ ਬਾਅਦ ਵੀ ਪਹਿਲੀ ਬਾਰਿਸ਼ ਨੇ ਇਹ ਹਾਲਾਤ ਬਣਾਤੇ ਸੀਵਰੇਜ। ਅਸੀਂ ਜਦੋਂ ਇਹ ਸੀਵਰੇਜ ਪੈ ਰਿਹਾ ਸੀ ਨਾ, ਉਦੋਂ ਵੀ ਅਸੀਂ ਕਈ ਵਾਰ ਅਧਿਕਾਰੀਆਂ ਦੀ ਗੱਲ ਉਹਨਾਂ ਧਿਆਨ ਦੇ ਵਿੱਚ ਜਾਂਦੀ ਵੀ ਕੰਮ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਿਹਾ। ਵੀ ਮੱਛੀਵਾੜਾ ਮੰਡੀ ਸੀਵਰੇਜ ਪਾਉਣ ਤੋਂ ਬਾਅਦ ਜਿਹੜਾ ਅਸੀਂ ਸੁੱਖ ਦਾ ਸਾਹ ਲਿਆ ਸੀ ਵੀ ਸਾਡੀ ਮੰਡੀ ਦਾ ਜਿਹੜਾ ਇੰਨੇ ਚਿਰ ਬਾਅਦ 1982 ਤੋਂ ਬਾਅਦ ਸਾਡਾ ਸੀਵਰੇਜ ਪੈ ਗਿਆ, ਪਰ ਅੱਜ ਹਾਲਾਤ ਫਿਰ ਉਹੀ ਨੇ। ਹੁਣ ਇੱਥੇ ਕਿਹਨੂੰ ਦੋਸ਼ੀ ਮੰਨੀਏ ਜੀ? ਸਾਡਾ ਜਿਹੜਾ ਕੰਮ ਹੈ ਉਹ ਤਸੱਲੀ ਬਖਸ਼ ਤਰੀਕੇ ਨਾਲ ਸਾਡੇ ਵੱਲੋਂ ਕੀਤਾ ਗਿਆ ਸੀਗਾ, ਪਰੰਤੂ ਅੱਜ ਜਿਹੜੀ ਬਾਰਿਸ਼ ਹੋਈ ਆ ਇੱਕੋ ਲਾਗਤ ਹੋਈ ਆ। ਹੁਣ ਤੁਸੀਂ ਆਪੇ ਦੇਖ ਲਓ ਵੀ ਕਰੋੜਾਂ ਦਾ ਕੰਮ ਲੱਗਦਾ, ਇੱਥੇ ਲੱਗਦਾ ਵੀ ਜਿਵੇਂ ਸੀਵਰੇਜ ਪਿਆ ਹੀ ਨਹੀਂ, ਮਤਲਬ ਜਦੋਂ ਸੀਵਰੇਜ ਨਹੀਂ ਪਿਆ ਸੀ ਉਦੋਂ ਵੀ ਐਵੇਂ ਹੀ ਪਾਣੀ ਖੜਾ ਹੁੰਦਾ ਸੀ ਹਮੇਸ਼ਾ, ਇਹੀ ਹਾਲਾਤ ਉਦੋਂ ਸੀ, ਇਹੀ ਹਾਲਾਤ ਹੁਣ। ਸਤਿ ਸ਼੍ਰੀ ਅਕਾਲ, ਡੀ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ। ਕੁਝ ਸਮਾਂ ਪਹਿਲਾਂ ਮਾਛੀਵਾੜਾ ਸਾਹਿਬ ਦੀ ਅਨਾਜ ਮੰਡੀ ਦੇ ਸੀਵਰੇਜ ਦਾ ਕੰਮ ਕੀਤਾ ਗਿਆ ਸੀਗਾ, ਜਿਸ ਤੋਂ ਪਹਿਲਾਂ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਅਨਾਜ ਮੰਡੀ ਦੇ ਵਿੱਚ ਆਉਂਦੀਆਂ ਸੀ, ਚਾਹੇ ਉਹ ਪਾਣੀ ਦੀ ਗੱਲ ਹੋਵੇ, ਚਾਹੇ ਉਹ ਪਾਣੀ ਦੇ ਨਿਕਾਸੀ ਦੀ ਗੱਲ ਹੋਵੇ, ਚਾਹੇ ਹੋਰ ਕਈ ਤਰ੍ਹਾਂ ਦੀਆਂ। ਜਦੋਂ ਵੀ ਬਰਸਾਤ ਪੈਂਦੀ ਸੀ ਤਾਂ ਪਾਣੀ ਖੜ ਜਾਂਦਾ ਸੀ, ਝੀਲ ਦਾ ਰੂਪ ਹੈ ਜਿਹੜਾ ਉਹ ਮੰਡੀ ਧਾਰਨ ਕਰ ਲੈਂਦੀ ਸੀ, ਪਰ ਸੀਵਰੇਜ ਪੈਣ ਤੋਂ ਬਾਅਦ ਵੀ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂ। ਉਹ ਸੀਵਰੇਜ ਪੈਣ ਦੇ ਹਾਲਾਤ ਵੀ ਮਾਛੀਵਾੜਾ ਸਾਹਿਬ ਦੀ ਅਨਾਜ ਮੰਡੀ ਦੇ ਇੱਕ ਪਹਿਲੀ ਬਰਸਾਤ ਨੇ, ਜੇ ਦੇਖੀਏ ਬੇਮੌਸਮੀ ਜਿਹੜੀ ਬਰਸਾਤ ਪਈ ਹੈ, ਪਹਿਲੀ ਬਰਸਾਤ ਨੇ ਹੀ ਸੀਵਰੇਜ ਦੇ ਹਾਲ ਨੇ ਜਿਹੜੇ ਉਹਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਹ ਹਾਲਾਤ ਨੇ ਮਾਛੀਵਾੜਾ ਸਾਹਿਬ ਦੀ ਅਨਾਜ ਮੰਡੀ ਦੇ, ਤੁਹਾਨੂੰ ਜਿੱਧਰ ਵੀ ਤੁਹਾਡੀ ਨਿਗਾਹ ਜਾਰੀ ਹੋਊਗੀ ਤੁਹਾਨੂੰ ਹਰ ਪਾਸੇ ਚਾਰੇ ਪਾਸੇ ਤੁਹਾਨੂੰ ਅਨਾਜ ਮੰਡੀ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੋਊਗਾ। ਇਹ ਕੋਈ ਝੀਲ ਨਹੀਂ ਹੈਗੀ ਜਿੱਥੇ ਅਸੀਂ ਮੌਜੂਦ ਹਾਂ, ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਇਹ ਮਾਛੀਵਾੜਾ ਸਾਹਿਬ ਦੀ ਅਨਾਜ ਮੰਡੀ ਹੈ ਜਿੱਥੇ ਸੀਜ਼ਨ ਦੇ ਵਿੱਚ ਕਣਕ ਵੀ ਆਉਂਦੀ ਹੈ, ਝੋਨਾ ਵੀ ਆਉਂਦਾ ਹੈ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ, ਇਹ ਨਹੀਂ ਦੇਖ ਰਿਹਾ ਕਿ ਸੜਕ ਹੈ, ਲੰਘਣ ਦੇ ਲਈ ਰਸਤਾ ਬਣਿਆ ਹੋਇਆ, ਉਹ ਬੋਰੀਆਂ ਤੁਸੀਂ ਦੇਖ ਰਹੇ ਹੋਗੇ ਕਣਕ ਦੀਆਂ ਬੋਰੀਆਂ, ਜੇ ਗੱਲ ਕਰੀਏ ਮੱਕੀ ਦੀਆਂ ਬੋਰੀਆਂ ਜ਼ਰੂਰ ਪਈਆਂ ਨੇ, ਉਹ ਸਾਰੀਆਂ ਪਾਣੀ ਦੇ ਨਾਲ ਭਿੱਜ ਚੁੱਕੀਆਂ ਨੇ। ਇਹਦੇ ਵਿੱਚ ਕਿਹਦੀ ਅਲਗੈਲੀ ਹੈ? ਇਹ ਹੋ ਸਕਦਾ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਥੋੜੇ ਸਮੇਂ ਦੇ ਵਿੱਚ ਹੀ ਸੀਵਰੇਜ ਦਾ ਕੰਮ ਹੋਇਆ ਮੰਡੀ ਦੇ ਵਿੱਚ, ਸੀਵਰੇਜ ਪਾਉਣ ਦਾ ਤਕਰੀਬਨ ਕਿਹਾ ਜਾ ਰਿਹਾ ਲਗਭਗ ਕਰੋੜਾਂ ਦਾ ਠੇਕਾ ਜਿਹੜਾ ਸੀਵਰੇਜ ਦਾ ਉਹ ਹੋਇਆ ਸੀਗਾ। ਕੀ ਠੇਕੇਦਾਰ ਦੀ ਅਣਗਹਿਲੀ ਦੇ ਕਾਰਨ ਹਾਲਾਤ ਦੁਬਾਰਾ ਤੋਂ ਬਣ ਗਏ? ਕੀ ਉਸਨੇ ਠੇਕੇਦਾਰ ਨੇ ਮਟੀਰੀਅਲ ਸਹੀ ਤਰ੍ਹਾਂ ਯੂਜ਼ ਨਹੀਂ ਕਰਿਆ? ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਮਾਰਕੀਟ ਕਮੇਟੀ ਦੇ ਜਿਹੜੇ ਸਕੱਤਰ ਨੇ ਉਹਨਾਂ ਨੇ ਵੀ ਇੱਕ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਕਿਹਾ ਗਿਆ ਕਿ ਉਸ ਚਿੱਠੀ ਦੇ ਵਿੱਚ ਇਹ ਲਿਖਿਆ ਗਿਆ ਕਿ ਸੀਵਰੇਜ ਦੇ ਜਿਹੜੇ ਸੀਵਰੇਜ ਪਾਇਆ ਗਿਆ ਉਹਦੇ ਢੱਕਣ ਨੇ ਜਿਹੜੇ ਹੋਦੀਆਂ ਦੇ ਉਹ ਸਹੀ ਕੀਤੇ ਜਾਣ, ਉਹ ਖਰਾਬ ਨੇ ਜਾਂ ਉਹ ਲੱਗੇ ਨਹੀਂ ਹੋਏ ਹੈਗੇ ਉੱਤੇ। ਗੱਲਬਾਤ ਕਰ ਲੈਂਦੇ ਹਾਂ ਅਸੀਂ, ਸਾਡੇ ਨਾਲ ਇੱਥੇ ਮੰਡੀ ਦੇ ਵਿੱਚ ਜੇ ਗੱਲ ਕਰੀਏ ਤਾਂ ਸਾਬਕਾ ਜਿਹੜੇ ਪ੍ਰਧਾਨ ਨੇ ਮਾਰਕੀਟ ਕਮੇਟੀ, ਜੇ ਗੱਲ ਕਰੀਏ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਿਹੜੇ ਹਰਜਿੰਦਰ ਖੇੜਾ, ਉਹ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਜਾਣ ਲੈਂਦੇ ਹਾਂ। ਸਰ, ਸਭ ਤੋਂ ਪਹਿਲਾਂ ਤਾਂ ਇਹੀ ਕਹੂੰਗਾ ਕਿ ਪਹਿਲਾਂ ਦੀ ਗੱਲ ਕਰੀਏ, ਸੀਵਰੇਜ ਪੈਣ ਤੋਂ ਪਹਿਲਾਂ ਇਹ ਹਾਲਾਤ ਬਣ ਜਾਂਦੇ ਸੀ ਮੰਡੀ ਦੇ, ਕਿ ਜਦੋਂ ਵੀ ਥੋੜ੍ਹੀ ਜਿਹੀ ਬਰਸਾਤ ਪੈਂਦੀ ਸੀ ਝੀਲ ਦਾ ਰੂਪ ਧਾਰਨ ਕਰ ਲੈਂਦੀ ਸੀ ਮੰਡੀ, ਪਰ ਹੁਣ ਤਾਂ ਪਿਛਲੇ ਦਿਨ ਕਰੋੜਾਂ ਦਾ ਸੀਵਰੇਜ ਦਾ ਵੀ ਕੰਮ ਹੋਇਆ, ਮੈਨੂੰ ਲੱਗਦਾ ਥੋੜਾ ਸਮਾਂ ਹੋਇਆ, ਪਰ ਉਸ ਤੋਂ ਬਾਅਦ ਵੀ ਇੱਕ ਪਹਿਲੀ ਬਾਰਿਸ਼ ਨੇ ਇਹ ਹਾਲਾਤ ਬਣਾਤੇ ਸੀਵਰੇਜ ਦੀ। ਸਰ ਰਾਣਾ ਸਾਹਿਬ, ਦੇਖੋ ਗੱਲ ਇਹ ਵੀ ਕੱਲ ਅੱਜ ਸਵੇਰੇ ਸਿਰਫ ਅੱਧੇ ਪੌਣੇ ਘੰਟੇ ਦੀ ਬਰਸਾਤ ਹੋਈ ਹੈ, ਤਾਂ ਉਦੋਂ ਬਾਅਦ ਤੁਸੀਂ ਹਾਲਾਤ ਦੇਖ ਲਓ ਮੰਡੀ ਦੇ ਕੀ ਨੇ। ਅਸੀਂ ਜਦੋਂ ਇਹ ਸੀਵਰੇਜ ਪੈ ਰਿਹਾ ਸੀ ਨਾ, ਉਦੋਂ ਵੀ ਅਸੀਂ ਕਈ ਵਾਰ ਅਧਿਕਾਰੀਆਂ ਦੀ ਗੱਲ ਉਹਨਾਂ ਦੇ ਧਿਆਨ ਦੇ ਵਿੱਚ ਜਾਂਦੀ ਵੀ ਕੰਮ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਿਹਾ, ਇਹਨੂੰ ਇਹਦੇ 'ਤੇ ਕੋਈ ਕਰਿਆ ਜਾਵੇ, ਜਾਂਚ ਕੀਤੀ ਜਾਵੇ। ਦੇਖੋ, ਸਰਕਾਰ ਦਾ ਕੰਮ ਹੁੰਦਾ ਪੈਸੇ ਭੇਜਣਾ, ਸਰਕਾਰ ਨੇ ਪੈਸੇ ਭੇਜਤੇ, ਸਰਕਾਰ ਨੇ ਅੱਗੋਂ ਠੇਕੇਦਾਰ ਨੂੰ ਕੰਮ ਦਿੱਤਾ, ਉਹ ਕੰਮ ਠੇਕੇਦਾਰ ਨੇ ਕਰਨਾ ਔਰ ਉਹਦੀ ਨਿਗਰਾਨੀ ਕਰਨੀ ਹੈ ਜਿਹੜੇ ਇਹਨਾਂ ਦੇ ਅਫਸਰ ਨੇ, ਮੰਡੀ ਬੋਰਡ ਦੇ ਅਫਸਰ ਨੇ, ਚਾਹੇ ਉਹ SDO ਹੈ, JE ਹੈ, XCN ਹੈ, ਅਤੇ ਉਹਨਾਂ ਨੇ ਇੱਥੇ ਜਾਂਚ ਕੀ ਕੀਤੀ? ਇੱਥੇ ਢੱਕਣ ਜਿਹੜੇ ਨੇ ਇਹ ਤਿੰਨ ਤਿੰਨ ਚਾਰ ਚਾਰ ਵਾਰ ਟੁੱਟ ਚੁੱਕੇ ਨੇ, ਕਈ ਵਾਰ ਇਹਨਾਂ ਨੂੰ ਕਿਹਾ
ਤੇ ਜਿਹੜੇ ਇਹਨਾਂ ਦੇ ਅਹੁਦਿਆਂ ਨੇ ਉਹ ਗੱਭੇ ਬਣਾਤੀਆਂ ਤੇ ਉਹਦੇ ਬਾਰੇ ਇਹਨਾਂ ਨੂੰ ਵਾਰ ਵਾਰ ਇਹਨਾਂ ਨੂੰ ਕਹਿੰਦੇ ਰਹੇ। ਪਰ ਅਸੀਂ ਤਾਂ ਮੇਰੀ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਹੈ ਕਿ ਇਹਦੀ ਜਿਹੜੀ ਪ੍ਰੋਪਰ ਜਾਂਚ ਕੀਤੀ ਜਾਵੇ ਤੇ ਇੱਥੇ ਕੀ ਘਪਲਾ ਹੈ, ਕਿਉਂਕਿ ਕਰੋੜਾਂ ਦਾ ਕੰਮ ਹੈ। ਪਹਿਲਾਂ ਤਾਂ ਇਹ ਵੀ ਕਿਹਾ ਗਿਆ ਸੀ ਇੱਥੇ ਟ੍ਰੀਟਮੈਂਟ ਪਲਾਂਟ ਲਾਇਆ ਜਾਣਾ, ਉਹ ਹਜੇ ਤੱਕ ਨਹੀਂ ਲਾਇਆ ਗਿਆ। ਹੁਣ ਕਹਿੰਦੇ ਜੋ ਉਹਦਾ ਉਹਦਾ ਟੈਂਡਰ ਵੱਖਰਾ ਹੋਣਾ, ਕੀ ਇਹ ਉਹ ਕਰੋੜਾਂ ਦੇ ਕੰਮ ਦੇ ਵਿੱਚ ਇਹ ਹੋ ਗਿਆ? ਤੇ ਅੱਜ ਤੁਸੀਂ ਆਪ ਹਾਲਾਤ ਦੇਖ ਲਓ ਕਿ ਮੱਛੀਵਾੜਾ ਮੰਡੀ ਸੀਵਰੇਜ ਪਾਉਣ ਤੋਂ ਬਾਅਦ ਜਿਹੜਾ ਅਸੀਂ ਸੁੱਖ ਦਾ ਸਾਹ ਲਿਆ ਸੀ ਵੀ ਸਾਡੀ ਮੰਡੀ ਦਾ ਜਿਹੜਾ ਇੰਨੇ ਚਿਰ ਬਾਅਦ 1982 ਤੋਂ ਬਾਅਦ ਸਾਡਾ ਸੀਵਰੇਜ ਪੈ ਗਿਆ, ਪਰ ਅੱਜ ਹਾਲਾਤ ਫਿਰ ਉਹੀ ਨੇ। ਹੁਣ ਇੱਥੇ ਕਿਹਨੂੰ ਦੋਸ਼ੀ ਮੰਨੀਏ ਜੀ? ਸਰਕਾਰ ਨੂੰ ਤਾਂ ਆਪਾਂ ਦੋਸ਼ੀ ਕਹਿ ਨਹੀਂ ਸਕਦੇ, ਕਿਉਂਕਿ ਸਰਕਾਰ ਦਾ ਕੰਮ ਹੈ ਪੈਸੇ ਭੇਜਣਾ, ਉਹਨਾਂ ਨੇ ਪੈਸੇ ਭੇਜਤੇ। ਹੁਣ ਇੱਥੇ ਜਿਹੜੀ ਅਫਸਰਸ਼ਾਹੀ ਨੇ ਗਲਤ ਕੰਮ ਕੀਤਾ, ਅਸੀਂ ਤਾਂ ਇਹ ਕਹਿੰਦੇ ਵੀ ਉਹਨਾਂ ਤੇ ਜਿਹੜੀ ਵੀ ਜਿਹਨੇ ਵੀ ਗਲਤ ਕੰਮ ਕੀਤਾ, ਚਾਹੇ ਉਹ ਠੇਕੇਦਾਰ ਹੈ ਚਾਹੇ ਉਹ ਅਫਸਰ ਹੈ, ਉਹਨਾਂ 'ਤੇ ਜਿਹੜੀ ਬਣਦੀ ਵਿਭਾਗੀ ਕਾਰਵਾਈ ਕਰ, ਉਹਨਾਂ ਬੋਰੀਆਂ ਭੇਜ ਚੁੱਕੀਆਂ ਨੇ ਜੀ, ਕੌਣ ਜ਼ਿੰਮੇਵਾਰ ਹੈ ਜਿਹਨਾਂ ਦਾ? ਇਹ ਸਾਰੀਆਂ ਆੜਤੀ ਦਾ ਸਿਰ ਨੁਕਸਾਨ ਹੋਣਾ। ਜੇ ਹੁਣ ਇੱਥੇ ਖੁਦਾ ਨਾ ਖਾਸਾ ਢੇਰੀਆਂ ਪਈਆਂ ਹੁੰਦੀਆਂ ਤਾਂ ਉਹ ਸਾਰੀਆਂ ਭੇਜ ਜਾਣੀਆਂ ਸੀ, ਜ਼ਿਮੀਦਾਰ ਦਾ ਨੁਕਸਾਨ ਸੀ, ਫਿਰ ਸੀਵਰੇਜ ਪਾਏ ਦਾ ਫਾਇਦਾ ਹੀ ਕੀ ਜੇ ਇਹ ਨੁਕਸਾਨ ਹੋਣ? ਕਿੰਨੇ ਕੁ ਕਰੋੜਾਂ ਦੇ ਵਿੱਚ ਇਹ ਕੰਮ ਦਾ ਜਿਹੜਾ ਠੇਕਾ ਦਿੱਤਾ ਗਿਆ ਸੀ, ਕੁਝ ਤੁਹਾਨੂੰ ਪਤਾ? ਜਦੋਂ ਉਸ ਸਮੇਂ ਤੁਸੀਂ ਵੀ ਪ੍ਰਧਾਨ ਸੀ ਸ਼ਾਇਦ ਆੜਤੀ ਐਸੋਸੀਏਸ਼ਨ ਦੇ? ਮੈਂ ਪ੍ਰਧਾਨ ਸੀ ਉਸ ਮੀਟਿੰਗ ਦੇ ਵਿੱਚ ਵੀ ਅਸੀਂ ਜਾਂਦੇ ਰਹੇ ਹਾਂ, ਔਰ ਇਹ ਗੱਲ ਇਹ ਕਿਹਾ ਗਿਆ ਸੀ ਵੀ ਕਰੋੜਾਂ ਦਾ, ਕਰੋੜਾਂ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਸੀ ਵੀ ਇਹ ਕਰੋੜਾਂ ਠੇਕੇ ਦਾ, ਜਿਹਦੇ ਵਿੱਚ ਇੱਕ ਟ੍ਰੀਟਮੈਂਟ ਪਲਾਂਟ ਵੀ ਜਿਹੜਾ ਇੱਥੇ ਲੱਗਣਾ ਸੀ, ਕਿਉਂਕਿ ਕਹਿ ਸੀ ਜਿਹੜਾ ਮੰਡੀ ਦਾ ਪਾਣੀ ਹੈ ਸਾਫ਼ ਹੋ ਕੇ ਅੱਗੇ ਜਿਹੜਾ ਬਾਹਰ ਨਿਕਲਣਾ, ਕਿਉਂਕਿ ਸਿੱਧਾ ਇਹ ਉਹ ਚ ਨਹੀਂ ਪਾ ਸਕਦੇ ਸੀਗੇ। ਪਰ ਹੁਣ ਤੁਸੀਂ ਆਪੇ ਦੇਖ ਲਓ ਕਰੋੜਾਂ ਦਾ ਕੰਮ ਲੱਗਦਾ, ਇੱਥੇ ਲੱਗਦਾ ਵੀ ਜਿਵੇਂ ਸੀਵਰੇਜ ਪਿਆ ਹੀ ਨਹੀਂ, ਮਤਲਬ ਜਦੋਂ ਸੀਵਰੇਜ ਨਹੀਂ ਪਿਆ ਸੀ ਉਦੋਂ ਵੀ ਐਵੇਂ ਹੀ ਪਾਣੀ ਖੜਾ ਹੁੰਦਾ ਸੀ ਹਮੇਸ਼ਾ, ਇਹੀ ਹਾਲਾਤ ਉਦੋਂ ਸੀ, ਇਹੀ ਹਾਲਾਤ ਹੁਣ ਨੇ। ਠੀਕ ਹੈ ਜੀ, ਇਹ ਇੱਥੇ 19 ਤਰੀਕ ਨੂੰ 19/6 ਨੂੰ ਅਸੀਂ ਸਕੱਤਰ ਸਾਹਿਬ ਨੂੰ ਵਾਰ ਵਾਰ ਬੇਨਤੀ ਕਰੀ, ਉਹਨਾਂ ਨੇ ਇੱਕ ਚਿੱਠੀ ਜਿਹੜੀ ਇਹਦੇ ਅਫਸਰਾਂ ਨੂੰ ਲਿਖੀ ਵੀ ਰੋਡ ਗਲੀਆਂ ਦੇ ਢੱਕਣ ਟੁੱਟ ਗਏ ਨੇ ਔਰ ਉਹ ਬੰਦ ਹੋ ਚੁੱਕੇ ਨੇ, ਸਫਾਈ ਕਰਾ ਦਿਓ ਕਿਉਂਕਿ ਬਰਸਾਤ ਦਾ ਮੌਸਮ ਹੈ, ਜ਼ਿਮੀਦਾਰਾਂ ਦਾ ਨੁਕਸਾਨ ਹੋ ਸਕਦਾ, ਪਰ ਕੋਈ ਸੁਣਨ ਨੂੰ ਤਿਆਰ ਨਹੀਂ। ਜਦੋਂ ਆਪਣੇ ਅਫਸਰ ਅਫਸਰਾਂ ਦੀ ਨਹੀਂ ਸੁਣਦੇ, ਮੰਡੀ ਬੋਰਡ ਦੇ ਸੈਕਟਰੀ ਦੀ ਨਹੀਂ ਸੁਣਦੇ, ਸਾਡੀ ਕੌਣ ਸੁਣੂਗਾ ਜੀ? ਗੱਲ ਇਹ ਵੀ ਜਿਹੜੀ ਅਫਸਰਸ਼ਾਹੀ ਹੈ ਉਹ ਬੇਲਗਾਮ ਹੋਈ ਪਈ ਹੈ, ਕੋਈ ਇੱਥੇ ਸੁਣਨ ਨੂੰ ਤਿਆਰ ਨਹੀਂ ਹੈਗਾ। ਮੇਰੀ ਤਾਂ ਬੇਨਤੀ ਇਹੀ ਹੈ ਮਾਨਯੋਗ MLA ਸਾਹਿਬ ਦੇ ਥਰੂ ਮੁੱਖ ਮੰਤਰੀ ਸਾਹਿਬ ਨੂੰ ਕਿ ਇਹਦੀ ਜਿਹੜੀ ਵਿਭਾਗੀ ਜਾਂਚ ਹੈ ਚੰਗੀ ਕਿਸੇ ਏਜੰਸੀ ਤੋਂ ਕਰਾ ਕੇ ਇਹਦੀ ਪੜਤਾਲ ਕਰਾਈ ਜਾਵੇ ਔਰ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਕਰਾਈ ਜਾਵੇ। ਸਰ ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਕਿਹੜੀ ਪੋਸਟ ਤੇ ਹੋ? ਸਰ ਕਿਵੇਂ ਦੇਖਦੇ ਹੋ ਪਿਛਲੇ ਥੋੜੇ ਕੁ ਸਮੇਂ ਪਹਿਲਾਂ ਹੀ ਕਹਿੰਦੇ ਮਾਛੀਵਾੜਾ ਸਾਹਿਬ ਦੀ ਅਨਾਜ ਮੰਡੀ ਦਾ ਜਿਹੜਾ ਸੀਵਰੇਜ ਦਾ ਕੰਮ ਹੈ, ਇਸ ਤੋਂ ਸੀਵਰੇਜ ਪੈਣ ਤੋਂ ਪਹਿਲਾਂ ਜ਼ਰੂਰ ਇਹ ਦਿੱਕਤ ਆਉਂਦੀ ਸੀ ਪਰ ਹੁਣ ਥੋੜਾ ਹੀ ਸਮਾਂ ਸੀਵਰੇਜ ਪਏ ਨੂੰ ਹੋਇਆ, ਪਰ ਫਿਰ ਹਾਲਾਤ ਜਿਹੜੇ ਨੇ ਮੰਡੀ ਦੇ ਉਵੇਂ ਹੀ ਝੀਲ ਦਾ ਰੂਪ ਧਾਰਿਆ ਹੋਇਆ ਹਜੇ ਵੀ ਇੱਕ ਬਰਸਾਤ ਦੇ ਨਾਲ। ਬਿਲਕੁਲ, ਅਸੀਂ ਵੀ ਬਹੁਤ ਪਰੇਸ਼ਾਨ ਹਾਂ, ਸਭ ਤੋਂ ਜ਼ਿਆਦਾ ਪਰੇਸ਼ਾਨ ਤਾਂ ਅਸੀਂ ਭੁਗਤ ਅਸੀਂ ਰਹੇ ਹਾਂ ਜੀ, ਜ਼ਿਮੀਦਾਰ ਸਭ ਤੋਂ ਜ਼ਿਆਦਾ ਨੁਕਸਾਨ ਜ਼ਿਮੀਦਾਰ ਦਾ ਹੋ ਰਿਹਾ, ਨਾਲ ਹੀ ਸਾਡੀ ਲੇਬਰ ਵੀ ਪਰੇਸ਼ਾਨ ਹੋ ਰਹੀ ਹੈ, ਅਸੀਂ ਵੀ ਪਰੇਸ਼ਾਨ ਹੋ ਰਹੇ ਹਾਂ, ਹੁਣ ਢੇਰੀਆਂ ਪਾਣੀ ਦੇ ਵਿੱਚੋਂ ਕਿਵੇਂ ਕੱਢੀਏ, ਪੀਪਿਆਂ ਨਾਲ ਕੱਢ ਰਹੇ ਹਾਂ, ਬਾਹਰ ਬੋਰੀਆਂ ਅੱਧੀ ਅੱਧੀ ਬੋਰੀ ਵਿੱਚ ਗਈ ਹੋਈ ਹੈ ਪਾਣੀ ਦੀ। ਕਿੰਨਾ ਕੁ ਨੁਕਸਾਨ ਹੋਇਆ? ਮੱਕੀ ਪਈ ਸੀਗੀ ਜਿਵੇਂ ਆਈ ਹੋਈ ਸੀਗੀ ਮੰਡੀ, ਆਪਣੀ ਦੁਕਾਨ ਤੇ ਪਤਾ ਹੈ ਮੇਰਾ 50,000 ਤੋਂ 1,00,000 ਰੁਪਏ ਤੱਕ ਦਾ ਮੇਰਾ ਨੁਕਸਾਨ ਹੋ ਜਾਣਾ ਹੈ, ਜਿਹੜੀ ਪਾਣੀ ਦੁਬਾਰਾ ਪਲਟੀ ਕਰਨ 'ਚ ਲੇਬਰ ਪੈਣ 'ਚ ਕੋਈ ਕੁਆਲਿਟੀ ਖਰਾਬ ਹੋਣ ਦੇ ਵਿੱਚ, ਨਾ ਤਾਂ ਅੱਗੇ ਪਰਚੇਜ਼ਰ ਨੇ ਮਾਲ ਲੈਣਾ, ਉਹ ਜ਼ਿਮੀਦਾਰ ਤੋਂ ਲਾ ਕੇ ਜਾ ਚੁੱਕੇ ਆ, ਉਹ ਤਾਂ ਸਾਡੇ ਪੱਲੇ ਹੀ ਪੈਣਾ ਜੀ। ਕਿਵੇਂ ਸਰ ਲੱਗਦਾ ਸੀਗਾ ਜਦੋਂ ਸੀਵਰੇਜ ਦਾ ਕੰਮ ਹੋਇਆ ਸੀ ਕਿ ਹੁਣ ਸੁੱਖ ਦਾ ਸਾਹ ਆਊਗਾ, ਇਹ ਹਾਲਾਤ ਨਹੀਂ ਬਣਨਗੇ ਦੁਬਾਰਾ? ਸੀਗੇ ਜੀ, ਪਹਿਲਾਂ ਸੜਕਾਂ ਵਧੀਆ ਬਣੀਆਂ ਨੇ, ਚਲੋ ਸੜਕਾਂ ਵਧੀਆ ਬਣੀਆਂ ਨੇ, ਸੀਵਰੇਜ ਪੈ ਗਿਆ, ਸਾਨੂੰ ਕੀ ਪਤਾ ਸੀ ਸੀਵਰੇਜ ਦੁੱਕ ਜਾਣਾ ਜੀ, ਇਹ ਤਾਂ ਹੁਣ ਅੱਜ ਤੇ ਬਾਰਿਸ਼ ਆਈ ਤੇ ਹੀ ਪਤਾ ਲੱਗਿਆ ਸਾਨੂੰ। ਕੀ ਕਿਹਦੀ ਨਲੈਕੀ ਮੰਨਦੇ ਹੋ ਇਸ ਦੇ ਵਿੱਚ, ਠੇਕੇਦਾਰ ਦੀ ਨਲੈਕੀ ਹੈ ਜਾਂ ਕੋਈ ਪ੍ਰਸ਼ਾਸਨ ਦੀ ਨਲੈਕੀ ਹੈ ਜਾਂ ਕੋਈ ਮਾਰਕੀਟ ਕਮੇਟੀ ਦੇ ਕਿਸੇ ਅਧਿਕਾਰੀ ਦੀ? ਉਹ ਠੇਕੇਦਾਰ ਦੀ ਕਹਿ ਸਕਦੇ, ਕੰਮ ਤਾਂ ਠੇਕੇਦਾਰ ਨੇ ਕਰਨਾ ਸੀ, ਉਹਨੇ ਆਪਣੀ ਡਰਾਇੰਗ ਬਣਾਉਣੀ ਸੀ, ਉਹਨੇ ਕਿੱਥੇ ਸੀਵਰੇਜ ਉਹਨੂੰ ਕੀ ਉਹਨੂੰ ਲੈਵਲ ਕਰਨਾ ਸੀ, ਕੀ ਕਰਨਾ ਸੀ, ਠੇਕੇਦਾਰ ਨੂੰ ਪਤਾ ਜੀ। ਸਰਕਾਰ ਦਾ ਕੰਮ ਸੀ, ਸਰਕਾਰ ਨੇ ਪੈਸੇ ਦੇਣਾ, ਸਰਕਾਰ ਨੇ ਬੜਾ ਵਧੀਆ ਕੰਮ ਕੀਤਾ, ਸੈਕਟਰੀ ਸਾਹਿਬ ਨੇ ਉਹਨਾਂ ਨੂੰ ਬਾਰ ਬਾਰ ਕਹਿ ਕੇ ਜੋ ਵੀ ਪਾਸ ਕਰਵਾਇਆ ਉਹਨੂੰ ਉਹਨਾਂ ਨੂੰ ਪੈਸੇ ਠੇਕੇਦਾਰ ਦੇ ਹੀ ਕਹਿ ਸਕਦੇ ਆਪਾਂ।
ਤੁਸੀਂ ਇਸ ਸੰਬੰਧੀ ਸੈਕਟਰੀ ਸਾਹਿਬ ਨਾਲ ਗੱਲਬਾਤ ਹੋਈ, ਤੁਹਾਡੀ ਕੋਈ ਵੀ ਦੁਬਾਰਾ ਤੋਂ ਇਹ ਹਾਲਾਤ ਬਣ ਗਏ ਮੰਡੀ ਦੇ? ਇਹ ਹਾਲਾਤ ਹੁਣ ਪਹਿਲੀ ਵਾਰ ਪਤਾ ਲੱਗੇ ਨਾ, ਪਾਣੀ ਇਕਦਮ ਜਾਮ ਹੋਇਆ। ਪਹਿਲਾਂ ਤਾਂ ਸਿਰਫ ਇੱਕ ਟੱਕਰ ਤੱਕ ਦਾ ਇਸ਼ੂ ਸੀਗਾ, ਉਹ ਸੈਕਟਰੀ ਸਾਹਿਬ ਨੇ ਕਰਵਾਤਾ ਸੀਗਾ। ਇਹ ਪਾਣੀ ਵਾਲਾ ਤਾਂ ਹੁਣ ਸਾਨੂੰ ਪਹਿਲੀ ਵਾਰ ਦਿਖਿਆ ਨਾ, ਪਹਿਲੀ ਬਾਰਿਸ਼ ਆਈ ਹੈ, ਪਹਿਲਾਂ ਪਾਣੀ ਆਇਆ ਜੀ। ਕੀ ਕਿੰਨੇ ਕੁ ਖਰਚੇ ਦੇ ਵਿੱਚ ਜਿਹੜਾ ਸੀਵਰੇਜ ਦਾ ਕੰਮ ਲਗਭਗ ਤਕਰੀਬਨ, ਜੇ ਆਈਡੀਆ ਲਾਈਏ ਵੀ ਇੰਨੇ ਕੁ ਪੇਮੈਂਟ ਦੇ ਵਿੱਚ ਕਿੰਨੇ ਕੁ ਪੈਸਿਆਂ ਦੇ ਵਿੱਚ ਹੋਇਆ ਸੀਗਾ ਇਹ ਕੰਮ? ਕਰੋੜਾਂ ਕੀ ਹੋਇਆ ਸੀ ਐਗਜੈਕਟ ਦਾ ਸਾਨੂੰ ਕੀ ਮੰਗ ਕੀ ਕਰਦੇ ਹੁਣ ਪ੍ਰਸ਼ਾਸਨ ਤੋਂ ਸਰਕਾਰ? ਇਹੀ ਕਹਿੰਦੇ ਵੀ ਸਾਡਾ ਬਿਲਕੁਲ ਠੀਕ ਹੋਵੇ, ਪਾਣੀ ਜ਼ਿਮੀਦਾਰ ਪਰੇਸ਼ਾਨ ਨਾ ਹੋਵੇ, ਇੰਨਾ ਨੁਕਸਾਨ ਕੌਣ ਝੱਲੇ? ਜ਼ਿਮੀਦਾਰ ਦਾ ਬੜੀ ਮਾਲੀ ਹਾਲਤ ਬਹੁਤ ਖਰਾਬ ਹੈ, ਜੇ ਉਸ ਤਰ੍ਹਾਂ ਦੇ ਇੱਦਾਂ ਦੇ ਖਰਚੇ ਵੀ ਜ਼ਿਮੀਦਾਰ ਨੂੰ ਪੈਣ ਲੱਗ ਗਏ ਤਾਂ ਉਹ ਕਿਵੇਂ ਸਰਵਾਈਵ ਕਰੇਗਾ? ਅਜੇਹੀ ਸਾਹਿਬ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਲਵਪ੍ਰੀਤ ਸਿੰਘ ਹੈ ਜੀ। ਉਰੇ ਜੇਈ ਦੀ ਪੋਸਟ ਮੇਰੇ ਕੋਲੇ, ਇਹ ਮੰਡੀ ਮੇਰੇ ਕੋਲ ਹੀ ਹੈ ਜੀ, ਮਾਛੀਵਾੜਾ। ਹਾਂਜੀ, ਮਾਛੀਵਾੜਾ ਸਾਹਿਬ। ਜਿਹੜਾ ਬਾਈ ਜੀ ਇਹ ਕੰਮ ਹੋਇਆ ਸੀਗਾ, ਕਿੰਨੀ ਕੁ ਲਾਗਤ ਦੇ ਨਾਲ ਕਰਵਾਇਆ ਗਿਆ ਸੀ ਸੀਵਰੇਜ ਦਾ ਕੰਮ? ਇਹ ਆਪਣਾ 2-2.5 ਕਰੋੜ ਰੁਪਇਆ ਖਰਚਾ ਆਇਆ ਸੀ। ਕਿਵੇਂ ਦੇਖਦੇ ਹੋ ਅੱਜ ਇੱਕ ਪਹਿਲੀ ਬਰਸਾਤ ਹੋਈ ਹੈ, ਜਿਸ ਤਰ੍ਹਾਂ ਦੇ ਹਾਲਾਤ ਸੀਵਰੇਜ ਪੈਣ ਤੋਂ ਪਹਿਲਾਂ ਦੇ ਰਹਿੰਦੇ ਹੁੰਦੇ ਸੀ, ਉਸ ਤਰ੍ਹਾਂ ਦੇ ਹਾਲਾਤ ਅੱਜ ਦੁਬਾਰਾ ਤੋਂ ਬਣ ਗਏ ਪਹਿਲੀ ਬਰਸਾਤ? ਨਹੀਂ, ਇਹਦੇ ਵਿੱਚ ਜੀ ਇਹ ਆ ਵੀ ਸਾਡਾ ਜਿਹੜਾ ਕੰਮ ਹੈ ਉਹ ਤਸੱਲੀ ਬਖਸ਼ ਤਰੀਕੇ ਨਾਲ ਸਾਡੇ ਵੱਲੋਂ ਕੀਤਾ ਗਿਆ ਸੀਗਾ, ਪਰੰਤੂ ਅੱਜ ਜਿਹੜੀ ਬਾਰਿਸ਼ ਹੋਈ ਆ ਇੱਕੋ ਲਾਗਤ ਹੋਈ ਆ, ਤੇ ਦੂਜਾ ਜਿਹੜਾ ਇਹ ਫੂਸ ਹੈ ਜਿਹੜਾ ਇੱਥੇ ਆਪਣਾ ਇਹਦਾ ਆਉਂਦਾ ਮੱਕੀ ਦਾ ਜਿਹੜਾ, ਇਹਦੀ ਜਿਹੜੀ ਸਫਾਈ ਹੈ ਉਹਦਾ ਪ੍ਰਬੰਧ ਹੈ ਜਿਹੜਾ ਉਹ ਮਾਰਕੀਟ ਕਮੇਟੀ ਲੈਵਲ ਤੇ ਹੁੰਦਾ। ਉਹ ਜਿਹੜਾ ਫੂਸ ਆ ਉਹ ਦੇਖੋ ਤੁਹਾਡੇ ਸਾਹਮਣੇ ਢੇਰੀ ਪਈ ਆ, ਉਹਨੇ ਇਹੀ ਢਲ ਕੇ ਇਹਦੇ ਉੱਤੇ ਆ ਜਾਂਦਾ ਵਾਰ ਵਾਰ ਜਾਲੀਆਂ ਤੇ, ਸਾਡੇ ਬੰਦੇ ਲੱਗੇ ਹੋਏ ਨੇ ਉਹ ਦੇਖੋ ਤੁਸੀਂ ਦੇਖ ਸਕਦੇ ਹੋ, ਉਹ ਵਾਰ ਵਾਰ ਜਾਲੀਆਂ ਦੇ ਉੱਪਰ ਜਾ ਕੇ ਕਰ ਰਹੇ ਨੇ। ਸੈਕਿੰਡ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਜਿਹੜੀ ਅਸੀਂ ਡਿਸਪੋਜ਼ਲ ਸਾਡਾ ਡਰੇਨ ਉਹਦੇ ਵਿੱਚ ਪਾਣੀ ਗਿਰ ਰਿਹਾ, ਉਹ ਪਿੱਛੋਂ ਆਲਰੇਡੀ ਸ਼ਹਿਰ ਦਾ ਪਾਣੀ ਲੈ ਕੇ ਆ ਰਹੀ ਹੈ ਜੀ, ਉਹ ਜਦੋਂ ਓਵਰਫਲੋ ਹੋ ਕੇ ਚੱਲਦੀ ਹੈ ਸਾਡਾ ਪਾਣੀ ਦਾ ਪਾਈਪ ਡੁੱਬਿਆ ਹੁੰਦਾ ਉਹਦੇ ਵਿੱਚ, ਉਹ ਪਾਣੀ ਬੈਕ ਮਾਰਦੀ ਹੈ ਜੀ, ਸਾਡਾ ਪਾਣੀ ਉਦੋਂ ਉਹ ਲੈਂਦੀ ਆ ਜਦੋਂ ਸਾਡਾ ਜਿਹੜਾ ਡਰੇਨ ਦਾ ਪਾਣੀ ਆ ਉਹ ਲੈਵਲ ਡਾਊਨ ਹੁੰਦਾ। ਇਹੀ ਮਸਲਾ ਬਣਿਆ ਹੋਇਆ ਵੀ ਉਹ ਪਾਣੀ ਜਿਹੜਾ ਸਾਡਾ ਕ੍ਰੋਸ ਨਹੀਂ ਹੋ ਪਾਉਂਦਾ, ਜਦੋਂ ਹੁਣ ਉਹ ਲੈਵਲ ਸ਼ਹਿਰ ਦਾ ਪਾਣੀ ਦਾ ਡਾਊਨ ਹੁੰਦਾ, ਫਿਰ ਸਾਡੀ ਪਾਣੀ ਦਾ ਨਿਕਲਣ ਲੱਗਦਾ। ਹੁਣ ਪਾਣੀ ਦੇਖੋ 2 ਘੰਟਿਆਂ ਦੇ ਵਿੱਚ ਸਾਰਾ ਨਿਕਲ ਗਿਆ, ਕਿਤੇ ਨਾ ਕਿਤੇ ਜਾ ਕੇ ਠੇਕੇਦਾਰ ਦੀ ਕੋਈ ਅਣਗਹਿਲੀ ਤਾਂ ਨਹੀਂ ਕੰਮ ਕਾਰ ਦੇ ਵਿੱਚ? ਜੀ ਦੇਖੋ ਇਹਦੇ ਵਿੱਚ ਇਹੀ ਹੁੰਦਾ, ਇੱਕ ਜਾਲੀਆਂ ਦੇ ਉੱਤੇ ਕੁਛ ਜਮਾਂ ਨਾ ਹੋਵੇ, ਦੂਜਾ ਸਾਡਾ ਡਰੇਨ ਦੇ ਵਿੱਚ ਪਾਣੀ ਸਾਡਾ ਲੈਣ ਲਈ ਉਹ ਸ਼ਮਤਾ ਹੋਵੇ ਉਹਦੇ ਵਿੱਚ। ਇਹੀ ਹੁਣ ਪ੍ਰੋਬਲਮ ਆ ਰਹੀ ਹੈ ਜੀ, ਜਿਹੜਾ ਫੂਸ ਆ ਇਹ ਢਲ ਕੇ ਵਾਰ ਵਾਰ ਜਾਲੀਆਂ ਦੇ ਉੱਤੇ ਆ ਰਿਹਾ, ਤਾਂ ਹੀ ਉਹ ਨਿਕਲਣ 'ਚ ਪ੍ਰੋਬਲਮ ਆ ਰਹੀ, ਹੋਰ ਕੋਈ ਦਿੱਕਤ ਨਹੀਂ ਹੈਗੀ। ਕੰਮ ਬਹੁਤ ਵਧੀਆ ਤਰੀਕੇ ਨਾਲ ਹੋਇਆ ਹੋਇਆ, ਤੁਸੀਂ ਦੇਖ ਹੀ ਸਕਦੇ ਹੋ 2 ਘੰਟੇ 'ਚ ਜੇ ਕੋਈ ਪ੍ਰੋਬਲਮ ਹੁੰਦੀ ਤਾਂ ਇਹ ਪਾਣੀ ਨਿਕਲਣਾ ਸੀ, ਪ੍ਰੋਬਲਮ ਕੋਈ ਨਹੀਂ ਆ, ਫੂਸ ਦੀ ਕੋਈ ਪ੍ਰੋਬਲਮ ਆ, ਫੂਸ ਵਾਰ ਵਾਰ ਜਾ ਕੇ ਆ ਰਿਹਾ, ਪਰ ਲੱਗੇ ਹੋਏ ਬੰਦੇ ਸਾਡੇ ਨਾਲੋਂ ਨਾਲ ਕਲੀਅਰ ਕਰ ਰਹੇ ਨੇ ਤੇ ਪਾਣੀ ਨਿਕਲ ਰਿਹਾ। ਹੁਣ ਵੱਧ ਤੋਂ ਵੱਧ 1-2 ਘੰਟੇ 'ਚ ਸਾਡਾ ਪਾਣੀ ਬਿਲਕੁਲ ਕਲੀਅਰ ਹੋ ਜਾਊਗਾ ਹੁਣ ਮੰਡੀ। ਸਰ ਜਿਹੜਾ ਸੀਵਰੇਜ ਦਾ ਕੰਮ ਹੋਇਆ ਸੀਗਾ ਪਿੱਛੇ ਜੇ ਮਾਰਕੀਟ ਕਮੇਟੀ ਆਪਣੇ ਮੰਡੀ 'ਚ ਮਾਛੀਵਾੜਾ, ਹਾਂਜੀ ਹਾਂਜੀ, ਉਹਨੂੰ ਲੈ ਕੇ ਗੱਲਬਾਤ ਕਰਨੀ ਸੀ ਕਿ ਉਦੋਂ ਜਿਹੜਾ ਪਾਣੀ ਆ ਇੱਕ ਬਰਸਾਤ ਦੇ ਨਾਲ ਪਾਣੀ ਦਾ ਉਸ ਤਰ੍ਹਾਂ ਹੀ ਮਾਹੌਲ ਹੈ ਜਿਵੇਂ ਪਹਿਲਾਂ ਝੀਲ ਦਾ ਰੂਪ ਧਾਰ ਲੈਂਦੀ ਸੀ ਮੰਡੀ, ਕਿਵੇਂ ਦੇਖਦੇ ਇਹਦੇ ਵਿੱਚ ਕੀ ਕੋਈ ਅਣਗਹਿਲੀ ਰਹਿ ਗਈ ਠੇਕੇਦਾਰ ਵੱਲੋਂ ਜਾਂ ਕਿਵੇਂ? ਸਰ ਕੋਈ ਮੈਂ ਪਿਛਲੇ 3-4 ਦਿਨਾਂ 'ਚ ਮੇਰੇ ਵੀ ਸੀਗਾ ਨੌਲੇਜ 'ਚ ਜੀ, ਤੇ ਮੈਂ ਇਹਦੇ ਬਾਰੇ ਐਕਸੀਅਨ ਸਾਹਿਬ ਨਾਲ ਵੀ ਗੱਲ ਕਰੀ, ਐਡੀਓ ਸਾਹਿਬ ਨਾਲ ਵੀ ਗੱਲ ਕਰੀ ਆ ਜੀ, ਤੇ ਉਹਨਾਂ ਦਾ ਇਹ ਦੱਸਿਆ ਉਹਨਾਂ ਨੇ ਮੈਨੂੰ ਵੀ ਜਿਹੜੀ ਅੱਗੇ ਡਰੇਨ ਜਾ ਰਹੀ ਹੈ ਬਾਹਰਲੇ ਪਾਸੇ ਜੀ, ਜੇ ਮੰਡੀ ਦਾ ਪਾਣੀ ਪੈ ਰਿਹਾ ਜੀ ਵੀ ਉਹ ਓਵਰਫਲੋ ਚੱਲ ਰਹੀ ਹੈ, ਉਹਦੇ ਕਰਕੇ ਪੂਰਾ ਪਾਣੀ ਨਹੀਂ ਖਿੱਚ ਰਿਹਾ ਜੀ ਸੀਵਰੇਜ ਜੀ। ਹਾਂ ਵੀ 1-2 ਘੰਟੇ 'ਚ ਮੰਡੀ ਖਾਲੀ ਹੋ ਜੂਗੀ ਜੀ। ਹਾਂ ਬਾਕੀ ਮੈਂ ਉਹਦੇ ਨਾਲ ਹੈਗਾ ਲਿੰਕ 'ਚ, ਹੁਣ ਵੀ ਤੂੰ ਗੱਲ ਕੀਤੀ ਆ, ਮੈਂ ਉਹਨਾਂ ਨਾਲ ਜੇਈ ਮੱਕੀ ਬੰਦੇ ਵੀ ਲਾਏ ਨੇ ਉਹਨਾਂ ਨੇ ਸਾਰੇ ਹੁਣ ਇੱਥੇ ਜੀ ਜੀ। ਹਾਂ ਡਰੇਨ ਉੱਚੀ, ਸ਼ਾਇਦ ਡਰੇਨ ਉੱਚੀ ਆ, ਉਹਦੇ ਕਰਕੇ ਕੋਈ ਪ੍ਰੋਬਲਮ ਆ ਰਹੀ ਆ। ਕਿਤੇ ਨਾ ਕਿਤੇ ਸਰ ਲੱਗਦਾ ਤੁਹਾਨੂੰ ਕਿ ਠੇਕੇਦਾਰ ਦੇ ਵੱਲੋਂ ਕੋਈ ਅਣਗਹਿਲੀ ਰਹਿ ਗਈ ਕੰਮ ਕਰਨ ਦੇ ਵਿੱਚ, ਜਾਂ ਕੋਈ ਕੰਮ ਸਹੀ ਤਰ੍ਹਾਂ ਨਹੀਂ ਕੀਤਾ ਗਿਆ, ਜਾਂ ਉਵੇਂ ਹੀ ਜਿਵੇਂ ਪਹਿਲਾਂ ਪਾਣੀ ਖੜਦਾ ਸੀਵਰੇਜ ਪਾਉਣ ਤੋਂ ਹੁਣ ਵੀ ਉਵੇਂ ਹੀ ਪਾਣੀ ਬਿਲਕੁਲ ਸੇਮ ਖੜਾ?
ਹਾਂ ਉਹ ਮੈਂ ਵੀ ਦੇਖਿਆ, ਮੇਰੀ ਜੀ ਗੱਲ ਵੀ ਆ, ਪ੍ਰਧਾਨ ਜੀ ਨਾਲ ਵੀ ਗੱਲ ਹੋਈ ਇਸ ਵਿਸ਼ੇ ਤੇ। ਜੀ ਹਾਂ ਇਹਦੇ ਜਿਹੜੇ ਰੋਡ ਜਾਲੀਆਂ ਟੁੱਟੀਆਂ ਸੀਗੀਆਂ ਉਹ ਤਾਂ ਮੈਨੂੰ ਲੱਗਦਾ ਮੈਂ ਕਹਿ ਕੇ ਮੰਗਾ ਲਈਆਂ, ਜੇ ਆ ਗਈਆਂ ਤੇ ਟਰੱਕ ਖੜਾ ਮੰਡੀ 'ਚ। ਜੀ ਜੀ ਇਹਦੇ ਰੋਡ ਵਾਲੀਆਂ ਰਿਗਾਰਡਿੰਗ, ਜਿਹੜੀਆਂ ਜਾਲੀਆਂ ਸੀ ਉਹ ਮੈਨੂੰ ਲੱਗਦਾ ਵੀ ਥੋੜੀਆਂ ਕਮਜ਼ੋਰ ਲਾਤੀ ਇਹਨਾਂ ਨੇ। ਜੀ ਇੱਕ ਸਰ ਤੁਸੀਂ ਵੀ ਹਾਂ ਐਪਲੀਕੇਸ਼ਨ ਲਿਖੀ ਸੀ ਹੈ ਨਾ ਇਹਦੇ ਰਿਗਾਰਡਿੰਗ, ਬਈ ਜਿਹੜੇ ਸੀਵਰੇਜ ਦੇ ਢੱਕਣ ਵਗੈਰਾ ਉਹਦੀ ਜਾਂਚ ਕੀਤੀ ਜਾਵੇ, ਹੈ ਨਾ ਉਹ ਸਹੀ ਹਾਂ ਨਹੀਂ ਮੈਂ ਸੀ। ਪਿਛਲੇ ਹਫ਼ਤੇ ਲਿਖਿਆ ਸੀਗਾ ਵੀ ਸਫਾਈ ਕਰਾਈ ਜਾਵੇ ਸੀਜ਼ਨ ਤੋਂ ਜੀ ਦੇਖਦੇ ਹੋਏ, ਵੀ ਜੀ ਮਤਲਬ ਜੀ ਬਰਸਾਤ ਜੀ ਆਉਂਦੀ ਹੈ, ਮੱਕੀ ਦਾ ਸੀਜ਼ਨ ਚੱਲ ਰਿਹਾ। ਜੀ 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 ਹਾਂ ਤੇ ਉਹ ਤਾਂ ਇਹਨਾਂ ਨੇ ਸਾਰੀ ਸਫਾਈ ਵਗੈਰਾ ਤਾਂ ਕਰਾਤੀ, ਰੋਡ ਜਾਲੀਆਂ ਵੀ ਆ ਗਈਆਂ ਨੇ। ਠੀਕ ਹੈ ਸਰ, ਠੀਕ ਹੈ। ਹਾਂਜੀ ਹਾਂਜੀ ਜੀ, ਠੀਕ ਹੈ ਸਰ, ਬਾਕੀ ਜੇ ਕੋਈ ਹੋਰ ਲੋੜ ਸੰਪਰਕ ਹੈ ਮੈਨੂੰ ਐਕਸ਼ੀਅਨ ਸਾਹਿਬ ਨਾਲ ਤੁਸੀਂ ਸੰਪਰਕ ਕਰ ਲਓ, ਉਹਨਾਂ ਦਾ ਮੈਂ ਨੰਬਰ ਦੇ ਦਿੰਦਾ ਤੁਹਾਨੂੰ। ਠੀਕ ਹੈ ਸਰ, ਠੀਕ ਹੈ, ਓਕੇ ਜੀ, ਓਕੇ ਸਰ, ਥੈਂਕ ਯੂ। ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਮੰਡੀ ਦੇ ਵਿੱਚ ਜਿਹੜੇ ਆੜ੍ਹਤੀ ਸੀਗੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਉਹਨਾਂ ਨੇ ਜਿਹੜਾ ਮੰਡੀ ਦੇ ਮੌਜੂਦਾ ਹਾਲਾਤ ਸੀਗੇ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਇੱਕ ਬਰਸਾਤ ਦੇ ਨਾਲ ਪਾਣੀ ਇਕੱਠਾ ਹੋ ਚੁੱਕਿਆ ਸੀ, ਝੀਲ ਦਾ ਰੂਪ ਧਾਰ ਲਿਆ ਸੀ ਮੰਡੀ ਨੇ। ਉਸ ਤੋਂ ਬਾਅਦ ਅਸੀਂ ਸੈਕਟਰੀ ਸਾਹਿਬ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕੀਤੀ ਹੈ ਫੋਨ ਦੇ ਉੱਤੇ, ਫੋਨ ਕਾਲ ਦੇ ਉੱਤੇ ਉਹਨਾਂ ਦਾ ਵੀ ਪੱਖ ਲਿੱਤਾ ਗਿਆ, ਜੇਈ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ। ਜੇਈ ਸਾਹਿਬ ਦਾ ਇਹ ਕਹਿਣਾ ਕਿ ਕੋਈ ਵੀ ਸਾਡੇ ਵੱਲੋਂ ਅਜਿਹੀ ਕੋਈ ਅਣਗਹਿਲੀ ਨਹੀਂ ਕੀਤੀ ਗਈ ਕੰਮਕਾਰ ਦੇ ਵਿੱਚ, ਕੰਮ ਬਿਲਕੁਲ ਸਹੀ ਕੀਤਾ ਗਿਆ, ਜਿਹੜੇ ਜਿਹੜੀਆਂ ਜਾਲੀਆਂ ਪਾਈਆਂ ਗਈਆਂ ਨੇ ਜਿਵੇਂ ਕਹਿ ਦਿੰਦੇ ਆਪਾਂ ਹੋਦੀਆਂ ਬਣਾਈਆਂ ਜਾਂਦੀਆਂ ਨੇ ਜਾਂ ਸੀਵਰੇਜ ਪਾਇਆ ਜਾਂਦਾ, ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਜਾ ਕੇ ਮੱਕੀ ਦੇ ਸੀਜ਼ਨ ਕਰਕੇ ਫੂਸ ਹੈ ਜਿਹੜਾ ਉਹ ਜਮ੍ਹਾਂ ਹੋ ਜਾਂਦਾ, ਜਿਸ ਕਰਕੇ ਅਜਿਹੇ ਹਾਲਾਤ ਨੇ ਜਿਹੜੇ ਮੰਡੀ ਦੇ ਬਣ ਗਏ ਹੋਏ ਨੇ। ਪਰ ਫਿਰ ਵੀ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਕੰਮ ਕਰਨ ਦੇ ਲਈ ਵਰਕਰ ਜ਼ਰੂਰ ਲੱਗੇ ਹੋਏ ਨੇ, ਉਹ ਕਰ ਰਹੇ ਹੋਏ ਨੇ ਕੰਮ, ਬਈ ਬੜੀ ਜਲਦੀ ਅਸੀਂ ਇਸ ਦਾ ਜਿਹੜਾ ਹੱਲ ਹੈ ਉਹ ਕਰ ਦਿੱਤਾ ਜਾਊਗਾ। ਪਰ ਅਸਲ ਦੇ ਵਿੱਚ ਕੀ ਦੇਖਣਾ ਇਹ ਹੋਵੇਗਾ ਕਿ ਇਸ ਦੇ ਵਿੱਚ ਕਿਸੇ ਸੱਚਮੁੱਚ ਕਿਸੇ ਠੇਕੇਦਾਰ ਦੀ ਅਣਗਹਿਲੀ ਸੀਗੀ ਜਾਂ ਨਹੀਂ ਸੀਗੀ, ਇਹ ਜਾਂਚ ਦਾ ਵਿਸ਼ਾ ਹੈ। ਇਹ ਮੰਡੀ ਦੇ ਜਿਹੜੇ ਅਧਿਕਾਰੀ ਨੇ, ਮੰਡੀ ਮਾਰਕੀਟ ਕਮੇਟੀ ਦੇ ਕਹਿ ਸਕਦੇ ਆ ਸੈਕਟਰੀ ਸਾਹਿਬ, ਇਹ ਉਹਨਾਂ ਦੇ ਲਈ ਵੀ ਜਾਂਚ ਦਾ ਵਿਸ਼ਾ ਹੈ ਕਿ ਇਸ ਦੀ ਜਾਂਚ ਜਿਹੜੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਕਿ ਕਿਸ ਦੀ ਗੜਬੜੀ ਕਰਕੇ, ਕਿਸੇ ਦੀ ਕੰਮ ਦੇ ਵਿੱਚ ਕਿਸੇ ਚੀਜ਼ ਦੀ ਅਣਗਹਿਲੀ ਕਰਕੇ ਹਾਲਾਤ ਬਣੇ ਨੇ ਜਾਂ ਨਹੀਂ ਬਣੇ, ਕਿ ਕੰਮ ਸਹੀ ਤਰ੍ਹਾਂ ਹੋਇਆ ਜਾਂ ਨਹੀਂ ਹੋਇਆ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ।